ਤਰਨਤਾਰਨ ਸਿਵਲ ਹਸਪਤਾਲ ਦੇ ਸਾਹਮਣੇ ਬਣਿਆ ਪੰਜਾਬ ਅਲਟਰਾਸਾਊਂਡ ਦੇ ਉੱਤੇ ਚੰਡੀਗੜ੍ਹ ਦੀ ਟੀਮ ਦੇ ਵੱਲੋਂ ਰੇਡ ਕੀਤਾ ਗਿਆ। ਰੇਡ ਦੇ ਦੌਰਾਨ ਪਾਇਆ ਗਿਆ ਕਿ ਪੰਜਾਬ ਅਲਟਰਾਸਾਊਂਡ ਵਾਲੇ ਲਿੰਗ ਨਿਰਧਾਰਨ ਟੈਸਟ ਕਰਦੇ ਨੇ ਤੇ ਲੋਕਾਂ ਦੇ ਕੋਲੋਂ ਮੋਟੀਆਂ ਰਕਮਾਂ ਵਸੂਲਦੇ ਨੇ। ਅੱਜ ਰੇਡ ਕਰਨ ਦੇ ਉੱਤੇ ਲੜਕੀਆਂ ਅਤੇ ਦੋ ਡਾਕਟਰਾਂ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ ਅਤੇ ਅਲਟਰਾਸਾਊਂਡ ਨੂੰ ਸੀਲ ਕਰ ਦਿੱਤਾ ਗਿਆ। ਹਾਂਜੀ, ਮੇਰਾ ਨਾਮ ਕੁਲਵਿੰਦਰ ਕੌਰ, ਮੈਂ ਨਰਸਿੰਗ ਦਾ ਕੰਮ ਕਰਦੀ ਦਿਆਲਪੁਰ। ਉੱਥੇ ਨਹੀਂ ਉਹਨਾਂ ਕੁਝ ਵੀ ਦੱਸਿਆ, ਇੱਥੇ ਆ ਕੇ ਦੱਸਿਆ ਕਿ ਇਹੀ ਕਿ ਪੇਸ਼ੈਂਟ ਦਾ ਮੇਲ ਫੀਮੇਲ ਟੈਸਟ ਨਹੀਂ। ਇਹ ਤਿੰਨ ਹੀ ਕਰਾਏ ਇੱਥੋਂ, ਤਿੰਨ ਹੀ ਹੋਏ ਇੱਥੋਂ ਪੰਜਾਬ ਅਲਟਰਾਸਾਊਂਡ। 10,000 ਰੁਪਇਆ ਪਰ ਕੇਸ ਡਾਕਟਰ ਇੰਦਰਬੀਰ ਸਿੰਘ ਦੇ ਲਓ, ਡਾਕਟਰ ਇੰਦਰਬੀਰ ਫੋਨ 'ਤੇ ਦੱਸਦੇ। ਦੋ ਪੇਸ਼ੈਂਟਾਂ ਦੇ ਦੱਸੇ ਸੀ ਮੇਲ, ਅਤੇ ਅੱਜ ਵਾਲੇ ਦੀ ਰਿਪੋਰਟ ਨਹੀਂ ਦੱਸੀ ਉਹਨਾਂ, ਡਾਕਟਰ ਨਹੀਂ ਹੋਏ। ਤੇ ਗੱਲ ਕਰ ਲੈਂਦੇ ਉਹ, ਤੇ ਜਾਂ ਉਹ ਸਿੱਧੇ ਆ ਜਾਂਦੇ ਇੱਥੇ ਫੋਨ 'ਤੇ ਗੱਲ ਕਰਕੇ। ਹਾਂਜੀ 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 ਸੋਰੀ ਸਰ। ਹਾਂਜੀ ਬਟਾਲੇ ਤੋਂ ਸਕੈਨ ਕਰਾਉਣ ਆਏ, ਉਹਨਾਂ ਰਿਪੋਰਟ ਨਹੀਂ ਦਿੱਤੀ ਅੱਜ। ਕਾਹਦੀ ਰਿਪੋਰਟ ਸੀ, ਕਿਸ ਚੀਜ਼ ਦੀ ਰਿਪੋਰਟ ਸੀ? ਮੇਲ ਫੀਮੇਲ। ਫਿਰ ਤੁਹਾਡਾ ਕੋਈ ਗੈਂਗ ਹੈ? ਨਹੀਂ ਜੀ। ਕਿੰਨੇ ਪ੍ਰੋਡਕਟ ਦੇ ਪਹਿਲਾਂ ਵੀ ਮੁਕੱਦਮਾ ਦਰਜ ਹੈ? ਤੁਸੀਂ 20 ਦਿਨ ਪਹਿਲਾਂ ਵੀ ਲਿਖਦੇ ਤੁਹਾਡੇ ਵਿੱਚ? ਹਾਂਜੀ, ਮੈਂ ਕੁਲਵਿੰਦਰ ਕੌਰ ਨੂੰ ਜਾਣਦੀ ਜੀ। ਮਾਰੇ ਜਿਹੜੀ ਥਾਂ ਤੋਂ ਤੁਸੀਂ ਪਹਿਲਾਂ ਗ੍ਰਿਫਤਾਰ ਹੋਏ ਸੀ, ਪਹਿਲਾਂ ਕਿੱਥੇ ਤੁਹਾਡੇ ਦਿਮਾਗ ਮੁਕੱਦਮਾ ਦਰਜ ਹੋਇਆ ਸੀ? ਬਟਾਲਾ। ਹਾਂਜੀ ਬਟਾਲੇ। ਬਟਾਲੇ? ਹਾਂਜੀ। ਤੇ ਉਦੋਂ ਕੀ ਕੀਤਾ ਸੀ? ਉਹ ਵੀ ਇਹੋ ਹੀ ਕੇਸ ਸੀ। ਤੇ ਕਿੰਨੇ ਪੈਸੇ ਮਿਲਦੇ ਤੁਹਾਨੂੰ ਇਸ ਕੰਮ ਦੇ? 1,500। ਤੇ ਅੱਗੇ ਕਿੰਨੇ ਪੈਸੇ ਦਿੰਦੇ ਹੋ? ਮੈਂ ਇਹਨੂੰ ਦਿੰਦੀ 10,000 ਰੁਪਇਆ। ਤੇ ਕਿਹੜੀ ਜਗ੍ਹਾ ਤੁਹਾਨੂੰ ਟੈਸਟ ਕਰਾਉਣ ਲੈ ਕੇ ਆਉਂਦੇ ਨੇ? ਇੱਥੇ। ਨਾਮ ਦੱਸੋ। ਪੰਜਾਬ ਸਕੈਨ ਸੈਂਟਰ। ਅਲਟਰਾਸਾਊਂਡ ਦੇ ਵਿੱਚ ਕੰਮ ਕੀ ਜੀ ਹੈ? ਜੈਸੀ ਹੈ? ਮੈਨੂੰ ਪਤਾ ਨਹੀਂ ਗਾ ਵੀਰੇ, ਕੁਛ ਗੱਲ ਦਾ ਖਲੋ ਕੇ ਗੱਲ ਕਰੋ। ਮੈਂ ਕੁਛ ਨਹੀਂ ਹੁੰਦਾ, ਜਾਨਣਾ ਅਲਟਰਾਸਾਊਂਡ ਦਾ ਛਾਪਾ ਪਿਆ ਵਾ। ਮੈਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਕਿ ਅਲਟਰਾਸਾਊਂਡ ਜਿਹੜਾ ਸੈਂਟਰ ਸਾਡੇ ਅਧੀਨ ਹੀ ਹੁੰਦਾ ਵੀਰੇ। ਰੋਗੀਆਂ ਦੀ ਹੈਗੀ ਸਾਰੀ ਯੋਜਨਾ, ਸਾਨੂੰ ਤਾਂ ਪਤਾ ਹੀ ਹੈਗਾ ਨਹੀਂ ਗਾ, ਨੋਰਮਲ ਅਲਟਰਾਸਾਊਂਡ ਆਇਆ ਪੇਸ਼ੈਂਟ ਦਾ। ਨਹੀਂ ਪਰ ਇਹ ਤਾਂ ਵੇਖੋ, ਇਹ ਜਿਹੜੇ ਬੋਰਡ ਲਾਏ ਆ ਲਿੰਗ ਨਿਰਧਾਰਨ ਕਰਨਾ, ਟੈਸਟ ਕਰਨਾ, ਗੈਰ ਕਾਨੂੰਨੀ ਆ? ਗੈਰ ਕਾਨੂੰਨੀ ਹੈ, ਗੈਰ ਕਾਨੂੰਨੀ। ਤੇ ਫਿਰ ਤੁਹਾਡੇ ਹਸਪਤਾਲ 'ਚ ਪਾਇਆ ਗਿਆ ਵਾ? ਨਾ, ਇਹ ਤਾਂ ਸੋਚਿਆ ਲਓ, ਇਹ ਗੈਰ ਕਾਨੂੰਨ ਵਿਰੋਧੀਆਂ ਨੇ ਸਾਜਿਸ਼ ਰਚੀ ਹੈ। ਅੱਛਾ, ਤੁਸੀਂ ਚਾਹੁੰਦੇ ਇਨਸਾਫ ਹੋਣਾ ਚਾਹੀਦਾ? ਹੋਣਾ ਚਾਹੀਦਾ, ਪੂਰਾ ਇਨਸਾਫ ਹੋਣਾ ਚਾਹੀਦਾ। ਇਹ ਜਿਹੜੀ ਲੇਡੀਜ਼ ਫੜੀਆਂ ਵਾ, ਇਹ ਬਿਲਕੁਲ ਗਲਤ ਵਾ? ਇਹ ਬਿਲਕੁਲ ਗਲਤ ਨੇ। ਇਹ ਕਿੱਥੋਂ ਆਈਆਂ ਨੇ? ਉਹਨਾਂ ਨੂੰ ਇਹਦੀ ਜਿਹੜੀ ਸੀ, ਇਹਨਾਂ ਦੇ ਬਾਰੇ ਜਾਣਕਾਰੀ ਸੀ ਵੀ ਇਸ ਸੈਂਟਰ ਦੇ ਉੱਤੇ ਜਿਹੜਾ ਪੰਜਾਬ ਅਲਟਰਾਸਾਊਂਡ ਸੈਂਟਰ ਹੁੰਦਾ ਵਾ, ਇੱਥੇ ਫਿਟਲ ਦੇ ਟੈਸਟ ਕੀਤੇ ਜਾਂਦੇ ਆ, ਸੈਕਸ ਡਿਟਰਮੀਨੇਸ਼ਨ ਦੇ ਟੈਸਟ ਹੋ ਰਹੇ ਨੇ, ਜੋ ਕਿ ਇਹਨਾਂ ਨੇ 3 ਦਿਨ ਤੋਂ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਔਰ ਇਹ ਪਤਾ ਕਰ ਰਹੇ ਸੀ। ਉਹਨਾਂ ਨੇ ਇੱਕ ਲੇਡੀ ਹਾਇਰ ਕੀਤੀ ਜੋ ਕਿ ਬਟਾਲੇ ਤੋਂ ਸੀ, ਅਤੇ ਉਸ ਲੇਡੀ ਦੇ ਜ਼ਰੀਏ ਉਹਨਾਂ ਨੇ ਸਾਰਾ ਇਹ ਜਿਹੜਾ ਸੀ ਟਰੈਪ ਲਗਾ ਕੇ ਇਹਨਾਂ ਨੂੰ ਫੜਿਆ ਹੈ। ਇਹਦੇ ਵਿੱਚ ਜੀ 2 ਲੇਡੀਜ਼ ਪਾਈਆਂ ਗਈਆਂ ਨੇ ਜੀ। ਜੀ ਹਾਂ, ਉਹਦੇ 'ਤੇ ਪਹਿਲੇ ਵੀ ਮਾਮਲੇ ਦਰਜ ਹੈਗੇ ਨੇ ਉਹਦੇ 'ਤੇ ਜੀ। PND ਐਕਟ ਦੇ ਤਹਿਤ ਜਿਹੜੇ ਆ ਜਿਹੜਾ ਡਿਟਰਮੀਨੇਸ਼ਨ ਟੈਸਟ ਦੇ ਮਾਮਲੇ ਦਰਜ ਹੈਗੇ।
ਇਹਦੇ ਬਾਰੇ ਤਾਂ ਤੁਹਾਨੂੰ ਸੀਨੀਅਰ ਅਫਸਰ ਹੀ ਦੱਸ ਸਕਦੇ ਨੇ, ਡਾਇਰੈਕਟਰ ਸਾਹਿਬ ਦੱਸ ਸਕਦੇ ਨੇ। ਮੌਕੇ ਤੋਂ ਜੀ ਗ੍ਰਿਫਤਾਰ ਕੀਤਾ ਗਿਆ ਹੈ, ਓਨਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਓਨਰ ਦਾ ਸੋਰੀ ਨਾਮ ਤਾਂ ਨਹੀਂ ਮੈਨੂੰ ਪਤਾ, ਓਨਰ ਦਾ ਪੰਜਾਬ ਅਲਟਰਾਸਾਊਂਡ ਵਾਲੇ। ਔਰ ਲੇਡੀ ਨੂੰ, ਦੋ ਲੇਡੀਜ਼ ਗ੍ਰਿਫਤਾਰ ਕੀਤੀਆਂ ਗਈਆਂ ਨੇ, ਔਰ ਡਾਕਟਰ ਇੰਦਰਵੀਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਜੋ ਵੀ ਜੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਜੀ ਜੀ ਜੀ। ਉਸ ਤੋਂ ਪਹਿਲੇ, ਸਭ ਤੋਂ ਪਹਿਲੇ ਸਿਵਲ ਸਰਜਨ ਦੀ ਰਿਪੋਰਟ ਮੰਗੀ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।